ਨੇ ਵਾਲਾ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਸਵੇਰ ਦੇ 5:20 ਦਾ ਟਾਈਮ ਹੋ ਗਿਆ ਤੇ ਬਸ ਨਹਾ ਕੇ ਤੇ ਪਾਠ ਕਰ ਲਿਆ, ਹੁਣ ਅਸੀਂ ਚੱਲੇ ਗੁਰਦੁਆਰਾ ਸਾਹਿਬ। ਉਸ ਤੋਂ ਬਾਅਦ ਗੁਰਦੁਆਰੇ ਤੋਂ ਆ ਕੇ ਬਣਾਵਾਂਗੇ ਚਾਹ ਪਾਣੀ ਤੇ ਤੰਨੂ ਮੰਨੂ ਜਸ਼ਨ ਤੇ ਸਾਰੇ ਸੁੱਤੇ ਹੋਏ ਵੇਖੋ, ਅੱਜ ਮੱਛਰਦਾਨੀਆਂ ਵੀ ਲੱਗੀਆਂ ਹੋਈਆਂ ਤੇ ਦਿਖਾਉਣੇ ਤੁਹਾਨੂੰ ਸਵੇਰ ਦਾ ਥੋੜ੍ਹਾ ਜਿਹਾ ਵਿਊ ਅਤੇ ਪੂਰੇ ਦਿਨ ਦਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਜੇ ਚੈਨਲ 'ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ, ਵੀਡੀਓ ਨੂੰ ਲਾਈਕ ਸ਼ੇਅਰ ਕਰੋ ਆਪਣੀ ਫੈਮਿਲੀ ਫਰੈਂਡਸ ਦੇ ਨਾਲ। ਅਤੇ ਚਲੋ ਜੀ ਫਿਰ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ ਸ਼ੁਰੂ। ਮੈਨੂੰ ਵੀ ਆਇਆ ਹੋਇਆ ਕੱਲ੍ਹ ਦੁਪਹਿਰੇ ਜੇ, ਮੈਨੂੰ ਆ ਗਿਆ ਸੀ ਪਹਿਲੋਂ, ਕਹਿੰਦਾ ਸੀ ਮੈਂ ਆਉਣਾ ਕਈ ਦਿਨਾਂ ਬਾਅਦ, ਅਜੇ ਟਾਈਮ ਨਹੀਂ, ਫਿਰ ਅਚਾਨਕ ਹੀ ਇਹਨੂੰ ਟਾਈਮ ਮਿਲ ਗਿਆ ਕਿਉਂਕਿ ਮੀਂਹ ਮੂੰਹ ਪੈ ਗਿਆ ਅਤੇ ਕੱਪੜੇ ਕੁੱਪੜੇ ਦੇ ਵੇਖੋ ਸਾਰੇ ਧੋ ਕੇ ਬਾਅਦ ਤੇ ਰਾਤ ਹੀ, ਅਤੇ ਅਜੇ ਬਿਸਤਰੇ ਚੁੱਕਣ ਵਾਲੇ ਆ। ਇਸ ਤਰ੍ਹਾਂ ਨਿਆਣੇ ਸੁੱਤੇ ਹੋਏ ਆ। ਜਸ਼ਨ, ਉਹ ਜਸ਼ਨ ਉੱਠੋ, ਮੈਂ ਤੁਹਾਨੂੰ ਵੀ ਸੁੱਤਾ ਆ, ਉੱਠ ਜਾ, ਬਹੁਤ ਦਿਨ ਚੜ ਗਿਆ ਛੇਤੀ। ਆ ਦੇਖੋ ਮਾਸੂ ਜੀ ਲਾਉਣ ਡੇ ਮੱਛਰਦਾਨੀਆਂ, ਤੇ ਮੈਂ ਹੁਣ ਸੌਂ ਕੇ ਉੱਠਿਆ ਤੇ ਮੰਨੂ ਵੀਰ ਤੇ ਆ ਤੁਹਾਨੂੰ ਵੀਰ ਸੁੱਤੇ ਆ। ਦੇਖੋ ਮਾਸੀ ਜੀ ਕਰਨੇ ਨੇ ਬ੍ਰੈਡ ਗਰਮ, ਨਾਲੇ ਪੀਨਟ ਬਟਰ ਲਾ ਕੇ ਦੇਣ ਲੱਗੇ ਸਾਰੇ, ਚਾਹ ਨੂੰ ਤਿਆਰ ਬੈਠੇ ਨੇ ਬਾਹਰ। ਚਾਹ ਆਵੇ ਪੀਏ ਕਦੋਂ। ਤਾਂ ਤੈਨੂੰ ਵੀਰ ਹੁਣ ਉੱਠਿਆ, ਬੁਰਸ਼ ਬਾਹਰ ਚੱਲਿਆ। ਤਾਰਾਂ ਨੂੰ ਚੁੱਕਾਂਗੇ ਤੇ ਮੰਜੇ ਜਿਹੜੇ ਆ, ਇੱਕ ਮੰਜਾ ਉੱਧਰ ਨੂੰ ਆਉਣਾ ਵਾ ਅਤੇ ਕੂਲਰ ਆਉਣਾ ਵਾ, ਬਾਕੀ ਤਾਰਾਂ ਨੂੰ ਉੱਧਰ ਅੰਦਰ ਰੱਖ ਦੇਣਾ ਹੈ ਬੋਰਡ 'ਤੇ। ਇੱਕ ਤਾਰ ਲੱਗ ਜਾਣੀ ਕੂਲਰ ਦੀ ਜਗ੍ਹਾ, ਕਿਉਂਕਿ ਉੱਥੇ ਅਸੀਂ ਦੁੱਧ ਥੱਲੇ ਲਾ ਲੈਂਦੇ ਹੁੰਦੇ ਕੂਲਰ, ਜਿਹਦੇ ਨਾਲ ਹਵਾ ਹੁਵਾ ਆਉਂਦੀ ਰਹੇ। ਅਤੇ ਦੋ ਮੰਜੇ ਡਾਹ ਲਈਦੇ, ਇੱਕ ਆਵੜਾ ਹੋ ਗਿਆ ਅਤੇ ਇੱਕ ਉਵੜਾ ਹੋ ਗਿਆ। ਵੇਖੋ ਇੱਧਰ ਤੈਨੂੰ ਆ ਗਿਆ ਨਹਾ ਕੇ, ਅਤੇ ਇੱਧਰ ਮੰਨੂ ਨਹੀਂ ਲੱਗਿਆ ਚਾਹ ਪੀਣ। ਜਸ਼ਨ ਲਾ ਲਾ ਬੈਠ ਪੀਨਟ ਬਟਰ, ਚਮਚਾ ਹੈਗਾ ਵਿੱਚ? ਹਾਂ ਨਹੀਂ ਹੈਗਾ ਤਾਂ ਮੈਂ ਲਿਆ ਦਿੰਦੀ ਹਾਂ, ਇਹ ਹੈਗਾ ਵਾ। ਆ ਜਾਓ ਜੀ ਤੁਸੀਂ ਵੀ ਸਾਰੇ ਜਣੇ, ਚਾਹ ਪੀ ਲਓ, ਨਾਸ਼ਤਾ ਕਰ ਲਓ। ਰੋਡਵੇਜ਼ 'ਤੇ ਡਿਊਟੀ ਕਰਨ ਤੁਹਾਨੂੰ ਡੈਡੀ, ਆਗਰੇ ਦੀ ਡਿਊਟੀ ਲੱਗੀ ਆ ਇਸ ਟਾਈਮ। ਦੇਖੋ ਮੈਨੂੰ ਵੀਰ ਕਰਨ ਡਿਆ ਆਪਣੇ ਚੈਨਲ ਦੀ ਐਡੀਟਿੰਗ, ਅਤੇ ਤੁਹਾਨੂੰ ਵੀਰ ਉੱਧਰ ਜੈਕੀ ਨੂੰ ਬੰਨ ਕੇ ਆਇਆ, ਹੁਣ ਮੈਨੂੰ ਵੀਰ ਇੱਥੇ ਆਏ ਆ। ਅਤੇ ਆਹ ਦੇਖੋ ਮਾਸੀ ਜੀ ਲਾਉਣ ਡੇ ਨੇ ਝਾੜੂ, ਜੈਕੀ ਨੂੰ ਬੰਨਦਾ। ਤੁਹਾਨੂੰ ਵੀਰ ਕਿੱਥੇ ਚੱਲਿਆ, ਫਿਰ ਹੀ ਤਿਆਰ ਹੋ ਕੇ ਬਹਿ ਗਿਆ। ਜੈਕੀ ਦੇ ਝਾੜੂ ਲੱਗਣ ਡੇ ਤੇ ਉਹ ਝਾੜੂ ਨੂੰ ਵੱਢਣ ਡਿਆ। ਆ ਤੁਹਾਨੂੰ ਵੀਰ ਜੀ ਕਹਿਣ ਲੱਗਾ ਗੱਡੀ ਪਿੱਛੇ, ਕਿਉਂਕਿ ਗੱਡੀ ਥੱਲੇ ਹੋਇਆ ਕੂੜਾ ਤੇ ਉਹਨੂੰ ਸਾਫ਼ ਕਰਨਾ ਹੈ ਮਾਸੀ ਨੇ, ਤੇ ਹੁਣ ਇਹਨੂੰ ਪਿੱਛੇ ਕਹਿਣ ਲੱਗਾ ਤੁਹਾਨੂੰ ਵੀਰ ਗੱਡੀ ਨੂੰ। ਹੋਰ ਪਿੱਛੇ ਮਾਸੀ ਜੀ ਕਿ ਇੰਨੀ ਸਹੀ ਆ, ਹੋਰ ਕਰਦੇ ਪਿੱਛੇ।
आ जा। चल बस नहीं झोने नू पानी लाया यार, किसानों का बहुत बुरा हाल आ। मीह मां पैण नहीं डया ते लाइट भी ज़्यादा सही नहीं आती, कई कई गाँव दे विच ते लाइट ही नहीं आती पिंडां दे विच। तन्नू वीर खोलन डे ने मोटर। ਆ ਵੇਖੋ ਵੀਰ ਜੀ ਲਾਉਣ ਦੇ ਨੇ ਕੱਪੜੇ, ਅਤੇ ਫਿਰ ਤਹਿ ਲਾਵਾਂਗੇ ਇਹਨਾਂ ਦੀ, ਅਤੇ ਫਿਰ ਅਸੀਂ ਚੁੱਲ੍ਹਾ ਚਾਲਾ ਚੁੱਕ ਕੇ ਰੱਖਾਂਗੇ ਇੱਥੇ ਰੋਟੀ ਬਣਾਉਣ ਲਈ, ਅਤੇ ਮੰਜਾ ਲੈ ਕੇ ਆਵਾਂਗੇ। ਆ ਤੰਨੂ ਵੀਰ ਜੀ ਲਾਉਣ ਦੇ ਨੇ ਕੱਪੜਿਆਂ ਦੀ ਤਹਿ, ਅਤੇ ਮੰਨੂ ਵੀਰ ਜੀ ਕਰਨ ਦੇ ਨੇ ਐਡੀਟਿੰਗ। ਖਿਆਲ ਆਇਆ ਬਿਜਲੀ ਵਾਲਾ ਪੱਖਾ ਉੱਤੇ ਸੋਲਰ ਲਾਈਟ, ਆਹੋ ਬੈਟਰੀ ਵਾਲਾ, ਅਤੇ ਉੱਤੇ ਲੱਗੀ ਆ ਸੋਲਰ, ਉਹਦੇ ਨਾਲ ਇਹਦੇ 'ਚ ਪਾਵਰ ਆਉਂਦੀ ਚੱਲਦਾ। ਇਹ ਕੁੱਤੇ ਚਲਾਇਆ ਪੱਖਾ, ਇੱਕ ਉਹ ਪਾਇਆ ਉਹਨੂੰ ਵੀ ਚਲਾ ਲੈਂਦੇ ਪਿੱਛੇ। ਵੇਖੋ ਕਿੰਨੇ ਕਲਾਰੇ ਪੈ ਜਾਂਦੇ ਆ ਦੂਜੀ ਚੈਨਲ ਦੀ ਵੀਡੀਓ ਬਣਾਉਣ ਲੱਗੇ ਆ। ਅਤੇ ਅਸੀਂ ਗੈਸ ਚੁੱਲ੍ਹਾ ਬਾਹਰ ਰੱਖਣ ਲੱਗੇ, ਫਿਰ ਵੇਖਿਆ ਹਵਾ ਹੀ ਬਹੁਤ ਤੇਜ਼ ਚੱਲਣ ਡਈ ਆ, ਅਤੇ ਗੈਸ ਨੇ ਬੁੱਝ ਜਾਣਾ ਸੀ ਅਗਰ ਅਸੀਂ ਰੋਟੀਆਂ ਪਕਾਉਂਦੇ, ਅਤੇ ਇਸ ਲਈ ਅਸੀਂ ਕਿਹਾ ਚਲੋ ਅੰਦਰ ਹੀ ਪਕਾ ਲੈਂਦੇ। ਅਤੇ ਹੁਣ ਮਾਸੀ ਜੀ ਲੱਗੇ ਆ ਰੋਟੀ ਪਕਾਉਣ, ਪਰੌਂਠੇ ਬਣਾਉਣ ਡਏ ਨੇ ਅਤੇ ਚਟਨੀ ਬਣਾਈ ਆ। ਚਟਨੀ ਦੀ ਰੈਸਿਪੀ ਵੇਖਣਾ ਚਾਹੁੰਦੇ ਹਾਂ ਤਾਂ ਯੂਨੀਕ ਪੰਜਾਬੀ ਫੂਡ ਰੈਸਿਪੀ ਨਾਮ ਤੋਂ ਇੱਕ ਚੈਨਲ ਆ ਮਾਸੀ ਦਾ ਹੀ ਆ, ਉੱਥੇ ਜਾ ਕੇ ਤੁਸੀਂ ਵੇਖਿਓ ਚਟਨੀ ਦੀ ਰੈਸਿਪੀ। ਉਹ ਵੀ ਚਟਨੀ ਬਣਾਈ ਜਿਹੜੀ ਡੋਸੇ ਨਾਲ ਖਾਧੀ ਜਾਂਦੀ ਹੈ। ਥੱਲੇ ਚੈਨਲ ਦੀ ਲਿੰਕ ਪਾ ਦਾਂਗੇ, ਤੁਸੀਂ ਜਾ ਕੇ ਵੇਖ ਲਿਓ। ਅਤੇ ਇਹ ਸਾਡਾ ਪਰੌਂਠਾ, ਤਾਂ ਚਟਨੀ ਕਿੱਥੇ, ਅਤੇ ਇਹ ਦਾਲ, ਅਤੇ ਸਾਡੀ ਲੱਸੀ ਬਣ ਕੇ ਵੀ ਤਿਆਰ ਹੋ ਗਈ ਆ। ਕਾਲੀ ਮਿਰਚ ਤੇ ਕਾਲਾ ਲੂਣ ਪਾ ਕੇ, ਕਾਲੀ ਮਿਰਚ ਤੇ ਕਾਲਾ ਲੂਣ ਪਾ ਕੇ ਤੋੜਿਆ ਨੀ ਮਾਸੀ ਜੀ ਨੇ। ਦੇਖੋ ਮੰਨੂ ਵੀਰ ਜੀ ਖਾਣ ਲੱਗੇ ਨੇ ਰੋਟੀ, ਤੇ ਆਪਣੇ ਵਲੌਗ ਸ਼ੂਟਿੰਗ ਕਰਨ ਡਏ ਨੇ। ਵੇਖੋ ਤਿੰਨੇ ਵੀਰ ਲੱਗੇ ਹੋਏ ਰੋਟੀ ਖਾਣ, ਮੰਨੂ ਤੰਨੂ ਤੇ ਜਸ਼ਨ। ਆਇਓ ਜੀ ਤੁਸੀਂ ਵੀ ਸਾਰੇ ਖਾ ਲਓ ਸਵੇਰ ਦੀ ਰੋਟੀ, ਅਤੇ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਕਮੈਂਟ ਕਰਕੇ, ਅਤੇ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਆਪਣੀ ਫੈਮਿਲੀ ਫਰੈਂਡਸ ਦੇ ਨਾਲ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ, ਅਤੇ ਲਾਗੇ ਬੈਲ ਦੇ ਬਟਨ ਜ਼ਰੂਰ ਪ੍ਰੈਸ ਕਰ ਲਿਆ ਕਰੋ ਤਾਂ ਕਿ ਸਾਡੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਨਾਲ ਮਿਲਦੀ ਰਹੇ।